ਨੰਗਾ ਹੋਵੇ ਤੇ ਵੀਰ ਮਰਨ ਕੰਢ ਖਾਲੀ ਮਾਮਾ ਬਾਜ ਮੁਹੰਮਦ ਬਖਸ਼ਾ ਕੌਣ ਕਰੇ ਰਖਵਾਲੀ ਪੇਕੇ ਮੁਖ ਦੇ ਪਿਓ ਮਰੇ ਘਰ ਵੇਲਾ ਸ਼ਾਲਮਰਨ ਨਵੀਰ ਕਿਸੇ ਦੇ ਉਜੜ ਜਾਂਦਾ ਜੇ ਮੇਲਾ ਸ਼ਾਲਮਰਨ ਵੀਰ ਕਿਸੇ ਦੇ ਉਜੜ ਜਾਂਦਾ ਜੇ ਮੇਲਾ ਹੋ ਸਈਆਨਾ ਸਈਆਨਾ ਮੈਂ ਖੇਡਣ ਗਈਆਂ ਤੇ ਟੁੱਟ ਗਈਆਂ ਨੇ ਵੰਗਾਂ ਹੋਰ ਚੜਾਉਂਦੀ ਤੇ ਪਿਓ ਤੋਂ ਮੰਗਦੀ ਸੰਗਾ ਪਾਈ ਪਾਈਆਂ ਦੇ ਦਰਦੀ ਹੁੰਦੇ ਤੇ ਪਾਈ ਪਾਈਆਂ ਦੀਆਂ ਬਾਵਾਂ ਬਾਪ ਨੇ ਸਿਰ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਮੁਰੀਦ ਹੋ ਜਾਂਦੇ ਨੇ ਲੋਕ ਕੋਈ ਇਸ ਤੋਂ ਹੋ ਜਾਂਦੇ ਨੇ ਮੈਂ ਚੈੱਕ ਕਰਨਾ ਇਹਨਾਂ ਨੂੰ ਕੋਈ ਇਸ ਤੋਂ ਹੋ ਜਾਂਦੇ ਨੇ ਮੇਰਾ ਬੇਲੀ ਵੀ ਅੱਛਾ ਮੈਂ ਵੀ ਹੋ ਜਾਣਾ ਕੋਈ ਇਸ ਤਰ੍ਹਾਂ ਹੋ ਜਾਂਦੇ ਨੇ ਗਏ ਹੁੰਦੇ ਨੇ ਅੱਛਾ ਮੁਰੀਦ ਹੋਣ ਦੇ ਨੇ ਚਲੋ ਮੈਂ ਵੀ ਹੋ ਜਾਣਾ ਲੇਕਿਨ ਪੀਰ ਜੇ ਬੰਦਾ ਫੜੇ ਤੇ ਫਿਰ ਉਹਦੀਆਂ ਅਜ਼ਮਾਇਸ਼ਾਂ ਨਾ ਕਰੇ ਉਹਦੇ ਬਾਰੇ ਚੇਂਜ ਦੀਆਂ ਗੱਲਾਂ ਨਾ ਸੋਚੇ ਕੁਛ ਲੋਕ ਐਸੇ ਹੈ ਨੇ ਜਿਨ੍ਹਾਂ ਵਾਸਤੇ ਮੀਆਂ ਸਾਹਿਬ ਨੇ ਇਹ ਸ਼ੇਰ ਲਿਖੇ ਹੋ ਲੱਖਾਂ ਬੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਚੜ ਜਾਂਦੇ ਕੁਝ ਕੱਚੇ ਜਿਹੜੇ ਪੱਕੇ ਹੋਣ ਮੁਹੰਮਦ ਓਈ ਓਈ ਖਾਂਦੇ ਵਟੇ ਜਿਹੜੇ ਪੱਕੇ ਹੋਣ ਮੁਹੰਮਦ ਓਈ ਓਈ ਖਾਂਦੇ ਵਟੇ ਬੰਦਾ ਬੁਰੇ ਕੰਮ ਕਰਦਾ ਰਹੇ ਨਾ ਕੋਈ ਵੀ ਕੁਛ ਨਹੀਂ ਕਹਿੰਦਾ ਠੀਕ ਹੈ ਯਾਰ ਜਿਸ ਤਰ੍ਹਾਂ ਹੀ ਅੱਲਾਹ ਤੇ ਅੱਲਾਹ ਦੇ ਰਸੂਲ ਦੇ ਰਸਤੇ ਤੇ ਆਉਂਦਾ ਹੈ ਤੇ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਆਪਣੇ ਵੀ ਬੜਾ ਕੁਛ ਕਹਿੰਦਾ ਮੈਨੂੰ ਪਤਾ ਜਿਹੜੀ ਤੂੰ ਦਾੜੀ ਰੱਖੀ ਮੈਨੂੰ ਪਤਾ ਜਿਹੜੀ ਤੂੰ ਨਮਾਜ਼ ਪੜ੍ਹਨਾ ਮੈਨੂੰ ਪਤਾ ਜਿਹੜੀ ਤੂੰ ਖੈਰਾਤ ਕਰ ਅੱਲਾਹ ਦੇ ਬੰਦੇ ਆ ਜੇ ਉਹਨੂੰ ਅੱਲਾਹ ਨੇ ਹਦਾਇਤ ਦੇ ਹੀ ਦਿੱਤੀ ਹੈ ਉਹਨੂੰ ਵੈਲਕਮ ਕਰ ਜੇ ਅੱਛਾ ਨਹੀਂ ਕਰ ਸਕਦਾ ਕਿਸੇ ਦਾ ਬੁਰਾ ਤੇ ਨਾ ਸੋਚ ਅੱਛਾ ਨਹੀਂ ਕਰ ਸਕਦਾ ਕਿਸੇ ਦਾ ਬੁਰਾ ਨਾ ਸੋਚ ਬੰਦਾ ਰਿਸ਼ਵਤ ਲੈ ਕੇ ਉਹਨੂੰ ਕਹਿ ਦਿੰਦਾ ਹੈ ਰਿਸ਼ਵਤ ਦੇ ਕੇ ਕਹਿੰਦਾ ਤੋਹਫਾ ਤੋਹਫਾ ਇਹ ਰਿਸ਼ਵਤ ਨਹੀਂ ਤੋਹਫਾ ਆਪਣੇ ਆਪ ਨੂੰ ਧੋਖਾ ਦੇ ਕਿਸੇ ਨੂੰ ਨਹੀਂ ਆਪਣੇ ਆਪ ਤੇ ਮੀਆਂ ਸਾਹਿਬ ਨੇ ਸ਼ੇਰ ਲਿਖਿਆ ਜਿਨ੍ਹਾਂ ਲਈ ਇਹੋ ਜਿਹਾ ਬੰਦਾ ਜਦੋਂ ਮਰ ਜਾਂਦਾ ਨਾ ਮਰੇ ਨੂੰ ਸਵਾਲ ਮੀਆਂ ਸਾਹਿਬ ਜਿਨ੍ਹਾਂ ਲਈ ਤੂੰ ਪਾਪ ਕਮਾਏ ਅੱਜ ਕਿੱਥੇ ਨਹੀਂ ਉਹ ਕਰਦੇ ਪੈਰ ਪਸਾਰ ਪਇਓ ਵਿੱਚ ਵੇੜੇ
ਇਹੀ ਕੱਢੋ ਕੱਢੋ ਕਰਦੇ ਪੈਰ ਪਸਾਰ। ਬਹੁਤ ਸੱਜਣ ਬੇਲੀ, ਬਹੁਤ 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 ਸੱਜਣ ਬੇਲੀ, ਬਹੁਤ ਯਾਰ, ਬੜਾ ਦੋਸਤ, ਇੱਕੋ ਜਿਹੇ ਸੂਟ, ਇੱਕੋ ਜਿਹਾ ਖਾਣਾ, ਸਾਰਾ ਕੁਛ ਪਹੁੰਚਦਾ ਹੀ ਉਦੋਂ ਨੇ ਜਦੋਂ ਮਿੱਟੀ ਪਾ ਰਹੇ ਹੁੰਦੇ। ਨੱਪੀ ਬੁੱਕੀ ਮਿੱਟੀ ਪਾਉਂਦੇ ਕਰਦੇ ਢੇਰ ਉਚੇਰਾ, ਤੇ ਬਸ ਇੱਕੋ ਵਾਰੀ ਪੜ ਦਰੂਦ ਘਰਾਂ ਨੂੰ ਆਉਂਦੇ ਤੇ ਪਰਤ ਨਾ ਪਾਉਂਦੇ ਫੇਰਾ। ਚੰਗੀ ਮੰਦੀ ਸੱਜਣਾ ਕੋਲੋਂ ਸਹਿਵਾਰੀ ਹੋ ਜਾਂਦੀ, ਪਰ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਅਸਲ ਪ੍ਰੀਤ ਜਿਨ੍ਹਾਂ ਦੀ। ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਅਸਲ ਪ੍ਰੀਤ ਜਿਨ੍ਹਾਂ ਦੀ। ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਅਸਲ ਪ੍ਰੀਤ ਜਿਨ੍ਹਾਂ। ਸਦਾ ਰਬਾਗੀ ਬੁਲਬੁਲ ਬੋਲੇ। ਇਸ ਗੱਲ ਦੇ ਨਾਲ ਇੱਕ ਗੱਲ ਰਲਾ ਕੇ ਜ਼ਿਆਦਾ ਚਾਹਾਂਗਾ ਕਿ ਤੁੰਬਾ ਜਿੰਦੜੀ ਦਾ ਸਦਾ ਨੀ ਵੱਜਦਿਆਂ ਰਹਿਣਾ ਓਏ, ਤੁੰਬਾ ਜਿੰਦੜੀ ਦਾ ਸਦਾ ਨੀ ਵੱਜਦਿਆਂ ਰਹਿਣਾ। ਇੱਕ ਦਿਨ ਤਾਰ ਨੇ ਟੁੱਟ ਜਾਣਾ ਏ, ਇੱਕ ਦਿਨ ਤਾਰ ਨੇ ਟੁੱਟ ਜਾਣਾ ਜਦੋਂ ਹੱਥ ਵਸ ਡਾਡੇ ਦੇ ਪੈਣਾ। ਤੁੰਬਾ ਜਿੰਦੜੀ ਦਾ ਸਦਾ ਨੀ ਵੱਜਦਿਆਂ ਰਹਿਣਾ। ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਬਾਗ ਬਹਾਰਾਂ। ਸਦਾ ਨਾ ਮਾਪੇ ਹੁਸਨ ਜਵਾਨੀ ਤੇ ਸਦਾ ਨਾ ਸੋਹਬਤ ਯਾਰਾਂ। ਤੁੰਬਾ ਜਿੰਦੜੀ ਦਾ ਸਦਾ ਨੀ ਵੱਜਦਿਆਂ ਰਹਿਣਾ। ਆਖਰ ਮਰਨਾ ਏ, ਮੌਤ ਨੇ ਛੱਡਣਾ ਨਹੀਂ ਯਾਰਾ ਕਿਸੇ ਲਈ ਮਰੇ ਤੇ ਤਾਂ ਜਾਣਾ। ਪੀੜ ਆਪਣੀ ਨੂੰ ਪੀੜ ਸਮਝਣਾ ਏ, ਪੀੜ ਕਿਸੇ ਦੀ ਚਰੇ ਤੇ ਤਾਂ ਜਾਣਾ। ਤੇਰੇ ਕੱਲੇ ਦਾ ਤਰਨਾ ਬਹਾਦਰੀ ਨਹੀਂ, ਲੈ ਕੇ ਡੁੱਬੇ ਨੂੰ ਤਰੇ ਤੇ ਤਾਂ ਜਾਣਾ। ਪਲਿਆਂ ਨਾਲ ਕਰਦਾ ਹਰ ਕੋਈ ਭਲਾ ਯਾਰਾ, ਭਲਾ ਬੁਰੇ ਨਾਲ ਕਰੇ ਤੇ ਤਾਂ ਜਾਣਾ। ਤੁੰਬਾ ਜਿੰਦੜੀ ਦਾ ਨਾਲ ਕੇ ਕਹਿ ਦੋ, ਤੁੰਬਾ ਜਿੰਦੜੀ ਦਾ ਸਦਾ ਨੀ ਵੱਜਦਿਆਂ ਰਹਿਣਾ। ਤੁੰਬਾ ਜਿੰਦੜੀ ਦਾ ਸਦਾ ਨੀ ਵੱਜ ਓ ਰਹਿਣਾ। ਤੁੰਬਾ ਜਿੰਦੜੀ ਦਾ ਸਦਾ ਨੀ ਵੱਜ ਕਿਹੜੀ ਸ਼ੋਸ਼ੀ ਤੇ ਕਰੇ ਵੱਧ ਵੱਧ ਗੱਲਾਂ, ਕਿਹੜੀ ਸ਼ੋਖੀ ਤੇ ਕਰੇ ਵੱਧ ਵੱਧ ਗੱਲਾਂ। ਹੋਣਾ ਮਿੱਟੀ ਨਾਲ ਮਿੱਟੀ ਔਕਾਤ ਤੇਰੀ, ਮਿੱਠਾ ਬੋਲ ਜ਼ਬਾਨ ਚੋਂ ਭਲਾ ਹੋਵੇ, ਸ਼ਾਇਦ ਕੱਲ ਨਾ ਹੋਵੇ ਮੁਲਾਕਾਤ ਤੇਰੀ। ਐਵੇਂ ਵੱਧ ਵਡੇਰਾ ਤੇ ਖਾਨ ਬਣਨਾ, ਇਹਨਾਂ ਗੱਲਾਂ ਨਾਲ ਨਹੀਂ ਉਹ ਨਿਜਾਤ ਤੇਰੀ। ਉੱਥੇ ਅਮਲਾ ਦੇ ਸੌਤੇ ਹੈ ਯਾਦ ਰੱਖੀ, ਉੱਥੇ ਪੁੱਛਣੀ ਨਹੀਂ ਕਿਸੇ ਜ਼ਾਤ ਤੇਰੀ। ਆਖਰੀ ਗੱਲ, ਲਿਖਿਆ ਲੇਖਾਂ ਚ ਅਜ਼ਲ ਤੋਂ ਜੋ ਸਾਡੇ,
ਉਹ ਤੂੰ ਲੈਣਾ ਉਹ ਮੈਂ ਲੈਣਾ ਤੇਰੀਆਂ ਮੇਰੀਆਂ ਆਕੜਾਂ ਕਿਸ ਖਾਤੇ ਤੂੰ ਵੀ ਟਹਿ ਜਾਣਾ ਮੈਂ ਵੀ ਟਹਿ ਪੁੱਕਲ ਮਾਰ ਕੇ ਚੱਕਣਾ ਜਦੋਂ ਸਾਈਆਂ ਨਾ ਕੁਝ ਤੂੰ ਕਹਿਣਾ ਨਾ ਮੈਂ ਕਹਿਣਾ ਨਾ ਕੁਝ ਨਾ ਮੈਂ ਕਹਿਣਾ ਤੇਰਾ ਮੇਰਾ ਰਹਿ ਗਿਆ ਕੀ ਝਗੜਾ ਨਾ ਇੱਥੇ ਤੂੰ ਰਹਿਣਾ ਨਾ ਮੈਂ ਰਹਿਣਾ ਤੁੰਬਾ ਜਿੰਦੜੀ ਦਾ ਸਦਾ ਨੀ ਵੱਜਦਿਆਂ ਰਹਿਣਾ ਆਪਣੀ ਨਿਸਬਤ ਦਾ ਆਖਰੀ ਸ਼ੇਰ ਅਮਲਾਂ ਵਾਲੇ ਲੰਘ ਲੰਘ ਜਾਂਦੇ ਤੇ ਗਾਫਲ ਗੋਤੇ ਖਾਂਦੇ ਡੁੱਬਣ ਨਾ ਦੇਣ ਮੁਹੰਮਦ ਬਖਸ਼ਾ ਕਾਮਿਲ ਪੀਰ ਜਿਨਾ ਦੇ ਹਵਾਲੇ ਰੱਬ ਦੇ ਇਹ ਮੇਲੇ ਨੀ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਤੇ ਜਿਸ ਦਿਨ ਫੇਰ ਮਿਲਾਂਗੇ।